अस्सलाम वालेकुम नाज़रीन, राशिद कमाल तुहाडी खिदमत च हाज़र है। अज असी अपने इस प्रोग्राम दे विच इलाके दे MNA साहब ने जफर अली गर्देजी साहब हल्के दे विच उन्हां दा बड़ा नाम है, हल्का 186 उहदे विच अज साडे नाल तशरीफ फरमा ने ते अज उन्हां नाल प्रेस कॉन्फ्रेंस असी करन वास्ते सारे साहबी बरादरी नूं भी सद्या है ताकि उह अपने हल्के दे जिहड़े काम करवाए ने ते जिहड़े नहीं करवाए उन्हां दे बारे च सानूं दस्सणगे। असीं इहनां नूं पुछांगे, जरूर पुछांगे। आओ मेरे नाल। अस्सलाम वालेकुम गुरदेजी साहब। वालेकुम अस्सलाम जी। और सर क्या हाल है? सर ठीक है आप? शुक्र अल्हम्दुलिल्लाह। सर शुक्रिया, आपने अपनी इतनी मसरूफियात जिंदगी में से हमारे लिए टाइम निकाला। थैंक यू सर, मेहरबानी सर, तुसी टाइम कट के साडे कोल आए जनाब, शुक्रिया सर। ऐ साहबी बरादरी कह रहे थे कुछ सवाल तुहाडे नाल क्वेश्चन करना चाह रहे ने जी। सर मैं कोबरा न्यूज़ लो आया, मेरा तुहाडे नाल पहला सवाल ये है सर, आप पर यह इल्जाम है कि आपने जब हलफ उठाया वो चोरी उठा लिया था। देखो जी, मेरी बचपन की आदत है, मैं इंशाल्लाह जड़ी कुछ चीज है मैं अवा गाउन पई होवे ना, हां जी, तो मैं वो चुक लेना। ए अवा गाउन सर केड़ी क्लास थी तुसी पढ़या सी? अवा गाउन दरअसल मैं जदो इंग्लैंड गया सी ना। तुसी गए सी इंग्लैंड? हां जी। वेरी गुड। ए ओथो ए लफ्ज जड़ा ना लिया वे अवा गाउन जड़ा वे डच जुबान दा लफ्ज है। अच्छा, एक इंग्लिश हुंदी है एक डच हुंदी। अच्छा सर, ए भी सानू पता लगे कि जेडे दूसरे MNA ने उन्होंने कलोनियां कटियां ने, तुसी अपने सौरे दी जेब कटी है सर, ते लिहाजा जेड़ा कलोनियां कट के जिन्ने पैसे नहीं बंदा बचा सकदा, तुसी जेब कट के वो बचा लेने पैसे सारे। गल देखो जी, सदाकत दे विच राशिद साहब बड़ा अच्छा सवाल कीता तुसी। ਤੁਸੀਂ ਦੇਖਿਆ ਹੋਣਾ ਵਾ ਜੀਰਾ ਬਲੇਡ ਫਿਲਮ, ਦੇਖੀ ਹੋਣੀ ਤੁਸੀਂ? ਜੀ ਜੀ ਸਰ, ਮੈਂ ਜ਼ਰੂਰ ਜ਼ਰੂਰ। ਤੇ ਮੈਂ ਉਹ ਤੋਂ ਇੰਸਪਾਇਰ ਹੋ ਕੇ ਨਾ, ਮੈਨੂੰ ਬੜਾ ਸ਼ੌਕ ਹੋਇਆ ਵੀ ਯਾਰ ਜੇਬ ਕਿੱਦਾਂ ਕੱਟੀ ਜਾਂਦੀ ਹੈ। ਮੈਂ ਕਿਹਾ ਬਾਹਰ ਜੇਬ ਕੱਟਾਂਗੇ ਕਿਸੇ ਬਗਾਨੇ ਦੀ ਤੇ ਹੋ ਸਕਦਾ ਵਾ ਕੋਈ ਚਤਰੌਲ ਹੋ ਜਾਵੇ। ਉਹ ਮੈਂ ਘਰ ਆਪਣੇ ਸਹੁਰੇ ਦੀ ਜੇਬ ਕੱਟੀ ਪਹਿਲਾਂ। ਵੈਰੀ ਗੁੱਡ, ਵੈਰੀ ਗੁੱਡ। ਤੇ ਉੱਥੋਂ ਫਿਰ ਮੇਰਾ ਐਕਸਪੀਰੀਅੰਸ ਹੋ ਗਿਆ, ਉਹ ਫਿਰ ਮੈਂ ਵਾਪਸ ਵੀ ਕਰਤੇ। ਮੈਂ ਕਿਹਾ ਵੀ ਚਲੋ ਇਹ ਮੈਂ ਐਕਸਪੈਰੀਮੈਂਟ ਕਰਨਾ ਸੀ। ਅੱਛਾ ਅੱਛਾ, ਉਹ ਇਸ ਕਰਕੇ ਤੁਸੀਂ ਸਾਰਾ ਕੁਝ ਕੀਤਾ ਸੀ ਸਰ। ਤੁਹਾਡੇ ਬਾਰੇ 'ਚ ਤੁਹਾਡੇ ਮੁਖਾਲਫੀਨ ਇਲਜ਼ਾਮ ਲਾਉਂਦੇ ਆ ਕਿ ਤੁਹਾਡੀਆਂ ਆਪਣੀਆਂ ਸ਼ੂਗਰ ਮਿੱਲਾਂ ਵਾ ਤੇ ਲੇਕਿਨ ਤੁਹਾਨੂੰ ਫਿਰ ਵੀ ਹੈਪਾਟਾਈਟਿਸ ਸੀ ਹੈ, ਇਹਦੀ ਕੀ ਵਜ੍ਹਾ ਨੇ? ਦੇਖੋ ਜੀ, ਇਹ ਹੈਪਾਟਾਈਟਿਸ ਸੀ ਜਿਹੜੀ ਆ ਨਾ, ਇਹ ਤੁਹਾਨੂੰ ਪਤਾ ਵਾ ਵੀ ਇਹ ਪਾਕਿਸਤਾਨ ਦੇ ਵਿੱਚ ਬਲਕਿ ਫੈਸਲਾਬਾਦ ਦਾ ਮੇਰਾ ਹਲਕਾ ਵੇ, ਇਹਦੇ 'ਚ ਪਾਣੀ ਦੇ ਬੜੇ ਮਸਾਇਲ ਨੇ। ਸਭ ਤੋਂ ਪਹਿਲਾਂ ਪਾਣੀ ਜਿਹੜਾ ਸਾਫ਼ ਹੋਣਾ ਚਾਹੀਦਾ ਵਾ। ਮੇਰੇ ਘਰ ਪਾਣੀ ਸਾਫ਼ ਆ, ਮੇਰੇ ਵੱਲੋਂ ਪੂਰਾ ਇਲਾਕਾ ਭਾਵੇਂ CBT ਜੋ ਮਰਜ਼ੀ ਹੋ ਜਾਵੇ, ਕਿ ਤੁਹਾਡਾ ਮਸਲਾ ਹੱਲ ਨਹੀਂ, ਮੇਰਾ ਮਸਲਾ ਹੱਲ ਵਾ। ਅੱਛਾ ਸਰ, ਇਹ ਵੀ ਪਤਾ ਲੱਗਿਆ ਤੁਹਾਡੀ ਵਾਕਈ ਸ਼ੂਗਰ ਮੇਲੇ ਸਰਗੋਧਾ ਰੋਡ ਤੇ ਬਹੁਤ ਬੜੀ ਮੇਲੇ, ਲੇਕਿਨ ਉਹਦੇ ਨਾਲ ਤੁਸੀਂ ਆਪਣੇ ਜਿਹੜੇ ਸਾਰੇ ਨੇ ਉਹਨਾਂ ਨੂੰ ਸਬਸਿਡੀਆਂ ਦਿੱਤੀਆਂ ਨੇ, ਕਮ ਸੇ ਕਮ ਉਹਨਾਂ ਨੂੰ ਗਡੇਰੀ ਵਾਲੀਆਂ ਰੇਹੜੀਆਂ ਲਾ ਕੇ ਦਿੱਤੀਆਂ ਨੇ ਵੀ ਤੁਸੀਂ ਗਡੇਰੀਆਂ ਜਿੰਨੀਆਂ ਵੀ ਨੇ ਮੇਰੀ ਮੇਲੇ 'ਚੋਂ ਲਿਆ ਕੇ ਵੇਚਣੀਆਂ ਨੇ। ਇਹ 'ਚ ਸਰ ਕਿੰਨੀ ਸਦਾਕਤ ਤੇ ਨਜ਼ਾਕਤ ਤੇ ਮੁਦਾਬਤ ਤੇ? ਦੇਖੋ ਜੀ, ਇਹ ਤੇ ਇਲਜ਼ਾਮ ਹੈਗਾ ਵਾ, ਤੁਹਾਨੂੰ ਪਤਾ ਵਾ ਵੀ ਮੇਰਾ ਹਲਕੇ ਦੇ ਵਿੱਚ ਇੱਕ ਬੜਾ ਨਾਮ ਆ, ਜਿੰਨਾ ਬੰਦਾ ਫੇਮ ਹੁੰਦਾ, ਜਿੰਨਾ ਮੈਂ ਸੋਸ਼ਲ ਵੈਲਫੇਅਰ ਦੇ ਕੰਮ ਕਰਦਾ ਵਾਂ, ਮੁਖਾਲਫੀਨ ਉਹਨਾਂ ਮੇਰੇ ਤੇ ਕੀਚੜ ਉਛਾਲਣ ਦੀ ਕੋਸ਼ਿਸ਼ ਕਰਦੇ। ਹਾਲਾਂਕਿ ਉਹਨਾਂ ਨੂੰ ਨਹੀਂ ਚਾਹੀਦਾ ਉਛਾਲਣਾ ਸਰ, ਉਛਾਲੇ ਤਾਂ ਬੰਦਾ ਉੱਥੇ ਨਾ ਸਾਫ਼ ਸੁਥਰੀ ਜਗ੍ਹਾ 'ਤੇ ਉਛਾਲੇ, ਚਿੱਕੜ ਦਾ ਪਤਾ ਲੱਗਦਾ ਕਿ ਚਿੱਕੜ ਪਿਆ। ਸਰ ਤੁਹਾਡੇ 'ਤੇ ਇਹ ਵੀ ਇਲਜ਼ਾਮ ਆ ਕਿ ਤੁਸੀਂ ਆਪਣੇ ਹਲਕੇ ਦੀਆਂ ਮੁਸਤਹਿਕ ਖਵਾਤੀਨ ਨੂੰ ਜਿਹੜੀ ਅਮਦਾਦ ਦਿੱਤੀ ਹੈ, ਨੋਟਾਂ ਦੇ ਪਿੱਛੇ ਤੁਸੀਂ ਆਪਣਾ ਵਟਸਐਪ ਨੰਬਰ ਵੀ ਲਿਖਿਆ। ਦੇਖੋ ਜੀ, ਉਹ ਪਤਾ ਕੀ ਵੇ, ਜਿਹੜੇ ਹਲਕੇ ਦੀਆਂ ਔਰਤਾਂ ਆਉਂਦੀਆਂ ਵਾ, ਮੈਂ ਉਹਨਾਂ ਨੂੰ ਨੰਬਰ ਤਾਂ ਲਿਖ ਕੇ ਦਿੰਦਾ ਕਿ ਉਹ ਮੇਰੇ 24 ਘੰਟੇ ਮੇਰੇ ਨਾਲ ਰਾਬਤੇ 'ਚ ਰਹਿਣ, ਹਾਂ, ਤਾਂ ਕਿ ਕੋਈ ਵੀ ਉਹਨਾਂ ਨੂੰ ਕੋਈ ਮਸਾਇਲ ਆਉਂਦਾ ਵਾ ਕੋਈ ਐਸਾ, ਅਤੇ ਉਹ ਮੇਰੇ ਨਾਲ ਰਾਬਤੇ 'ਚ ਰਹਿਣ, ਮੈਂ ਫੌਰੀ ਉੱਤੇ ਇੰਪਲੀਮੈਂਟ ਕਰਾਂ। ਅਤੇ ਤੁਸੀਂ ਵਿੱਚ ਵਿੱਚ ਨਾਲ ਫੇਸਬੁੱਕ ਰਿਕੁਐਸਟਾਂ ਵੀ ਉਹਨਾਂ ਨੂੰ ਭੇਜਦੇ? ਦੇਖੋ ਜੀ, ਮੈਂ ਤੇ ਭੇਜ ਦੇਣਾ, ਮੇਰਾ ਮਕਸਦ ਆ ਉਹਨੂੰ ਐਕਸਪੈਕਟ ਵੀ ਤੇ ਕਰ ਲੈਣਾ। ਹੁਣ ਲੇਕਿਨ ਤੁਸੀਂ ਉਹ ਭੇਜ ਰਹੇ ਹੋ ਜਿਹੜੇ ਫਿਰ ਅਨਲੈਕ ਕਰਵਾ ਕੇ ਮੁੜਦੇ ਹੋ ਕਿ ਫਿਰ ਤੁਸੀਂ ਉਹਦੇ ਮਗਰ ਪਏ ਰਹਿੰਦੇ ਹੋ? ਨਹੀਂ ਨਹੀਂ, ਮੈਂ ਫਿਰ ਜਾਣਾ ਵਾ ਤੋੜ ਤੱਕ, ਜਿੰਨੀ ਦੇਰ ਲਾਈਕ ਨਾ ਹੋ ਜਾਵੇ ਮੈਂ ਨਹੀਂ ਹਟਦਾ। ਵੈਰੀ ਗੁੱਡ, ਬਹੁਤ ਅੱਛੀ ਗੱਲ ਸਰ। ਇਨਸਾਨ ਦੇ ਅੰਦਰ ਇਹ ਜਜ਼ਬਾ, ਇਹ ਜਨੂੰਨ ਜਿਹੜਾ ਇਨਸਾਨ ਨੂੰ ਅੱਗੇ ਲੈ ਕੇ ਆਉਂਦਾ, ਮੈਂ ਇਸੇ ਜਨੂੰਨ ਦੀ ਵਜ੍ਹਾ ਨਾਲ ਤੇ ਮੈਂ ਇਲੈਕਸ਼ਨ ਜਿੱਤੇ ਆ ਤੇ ਅੱਜ ਮੈਂ ਸਾਰੀ ਦੁਨੀਆ ਤੇ ਪਤਾ ਵਾ ਕਿ ਮੈਂ ਕਿੰਨੇ ਵੈਲਫੇਅਰ ਦੇ ਕੰਮ ਕਰ ਰਿਹਾ। ਵੈਰੀ ਗੁੱਡ। ਅੱਛਾ ਜੀ, ਮੇਰਾ ਮੈਂ ਜੀ ਆਸਫ਼ ਖੰਨਾ। ਸਰਕਾਰੀ ਗੱਡੀ ਇਸਤੇਮਾਲ ਕਰਨਾ ਮੈਂ MNA ਐਜ਼ ਏ ਕਰ ਵੀ ਸਕਦਾ ਵਾ, ਲੇਕਿਨ ਇਹ ਆ ਵੀ ਜਿਹੜੀ ਮੇਰੀ ਗੱਡੀ ਸੀ ਨਾ, ਉਹਦਾ ਤੇਲ ਬਦਲਣ ਵਾਲਾ ਸੀ, ਉਹ ਮੇਰੇ ਡਰਾਈਵਰ ਨੇ ਮੈਨੂੰ ਟਾਈਮ ਨਾਲ ਦੱਸਿਆ ਨਾ, ਉੱਥੇ ਜਾਮ ਹੋ ਗਈ। ਸਾਡੇ ਲਾਗੇ ਰਿਸ਼ਤੇਦਾਰਾਂ ਦਾ ਘਰ ਸੀ GA ਮੂਸੇ, ਮੈਂ ਉਹਨਾਂ ਨੂੰ ਵੀ ਫੋਨ ਕੀਤਾ, ਮੁੰਡੇ ਮਾਸ਼ਾਅੱਲਾ ਸਾਰੇ ਸੌਖੇ ਆ, ਉਹਨਾਂ ਨੇ ਫਿਰ ਚਿੰਚੀ ਡਾਲਾ ਲਿਆਂਦਾ ਉੱਥੋਂ, ਤੇ ਉਹ ਡਾਲਾ ਲਿਆ ਕੇ ਉਹਨਾਂ ਨੇ ਮੈਨੂੰ ਅਸੈਂਬਲੀ ਤੱਕ ਪਹੁੰਚਾਇਆ। ਇਹ ਸਾਰਾ ਇਲਜ਼ਾਮ ਹੈ ਕਿ ਮੈਂ ਸਰਕਾਰੀ ਗੱਡੀ। ਸਵਾਲ ਮੇਰਾ ਇਹ ਹੈ ਜੀ, ਤੁਹਾਨੂੰ ਸਰਕਾਰੀ ਗੱਡੀ ਜਿਹੜੀ ਮਿਲੀ ਸੀ ਉਹਦਾ ਜਿਹੜਾ ਰੂਟਰ ਹੁੰਦਾ ਆ ਉੱਪਰ ਲਗਾਉਣ ਵਾਲਾ, ਹਾਂਜੀ ਹਾਂਜੀ, ਉਹ ਤੁਸੀਂ ਬੈਠਕ 'ਚ ਵੀ ਲਾਇਆ ਵਾ ਇੱਕ?
देखो जी बैठक च मेनु हासा आ गया इस गल तो नहीं हासिल होवे तुसी सर हासिल क्यों गल हासे वाली है और रूटर जिहड़ा गड्डियां दे उपर लग्या हुंदा वह बच्चा कह रहा है कि यह इस तरह ही होया सानू भी इस गल ते शक है क्योंकि वह जदों तुसी घर दी बैल वजदी है तो रूटर चल जाता तुसी कहा कि मेरी बैल सड़ी है मैं तां रूटर लवाया नहीं 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 वह रूटर जिहड़ा वा मैं उहदी तुहानू मैं मैनू फिर हासा आ गया इस गल ते भी मैं बड़ी फनी गल आ मेरे अब्बा जी जड़े सी ना उन्हां दा उसे बैठक दे विच चाह दा होटल हुंदा सी अच्छा अच्छा वेरी गुड चाय दा होटल सी असीं चाय अपना बना बना के कारीगरां नूं दिंदे सी ओह जदों जिन्नी देर तक ओह दुद्ध हुंदा सी ना हां जी ते ओनी देर तक ओह होटल जिहड़ा सी ना ओह चलदा सी अच्छा जदों बंद कर दिंदे सी ओह कारीगरां नूं पता लग जांदा सी कि दुद्ध है नहीं ठीक ओदों दा लगा रिहा मैं कहा चलो कोई नहीं ऐसा कोई मसला नहीं गा इह वी इक इल्जाम आ मेरे ते कि बहुत अच्छी गल सर इह वी पता लग्गा एमएनए साहब तुहाडे कोल सरकारी गड्डी उहनां ने तां लई आ कि जिहड़ा सरकारी गड्डी दे अगे झंडा नहीं लगा हुंदा ਉਹ ਤੁਸੀਂ ਆਪਣੇ ਮੱਲੇ 'ਚ 50 ਰੁਪਏ ਦਾ ਵੇਚਦਾ ਨਹੀਂ 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 ਬਿਲਕੁਲ ਇਹ ਬਿਲਕੁਲ ਇਲਜ਼ਾਮ ਆ ਮੇਰੇ 'ਤੇ ਮੈਂ ਮੱਲੇ 'ਚ ਨਹੀਂ ਸੀ ਵੇਚਿਆ ਮੇਰਾ ਵੱਡਾ ਮੁੰਡਾ ਕਹਿੰਦਾ ਸੀ ਕਿ ਬਾਬਾ ਝੰਡਾ ਲੈਣਾ ਵਾ ਉਹਦੇ ਕੋਲ 50 ਰੁਪਏ ਸੀ ਅੱਛਾ ਮੈਂ ਕਿਹਾ ਜੀ ਮੈਂ ਬੇਟਾ ਬਾਹਰ ਵੇਚਿਆ ਤੇ 17 ਦਾ ਵੇਚਣਾ ਉਹਦੇ ਕੋਲ ਮੈਂ 50 ਲੈ ਕੇ ਫਿਰ ਮੈਂ ਉਹਨੂੰ ਹੀ ਵੱਢਤਾ ਸੀ ਇਸ ਤਰ੍ਹਾਂ ਸਾਡਾ ਇਹ ਸਾਡਾ ਮੁਆਸ਼ਰਾ ਇਸ ਤਰ੍ਹਾਂ ਲਗਨ ਨਾਲ ਤੁਸੀਂ ਕੰਮ ਕਰੋਗੇ ਇਹ ਮੁਆਸ਼ਰਾ ਸਾਡਾ ਦਿਨ ਪਰ ਦਿਨ ਇਹ ਜਿੰਨਾ ਤੁਸੀਂ ਲਿਜਾ ਰਹੇ ਹੋ ਨਾ ਪਿੱਛੇ ਨੂੰ ਇਹ ਮਜ਼ੀਦ ਅੱਗੇ ਨੂੰ ਜਾ ਪਿੱਛੇ ਨੂੰ ਆਏਗਾ ਵੈਰੀ ਗੁੱਡ ਸਰ ਜਜ਼ਬਾ ਜਨੂਨ ਦੇਖ ਕੇ ਆਪਕੋ ਦਿਲ ਕੋ ਖੁਸ਼ੀ ਹੋਤੀ ਹੈ ਦੇਖੋ ਜੀ ਮੇਰਾ ਤੇ ਜ਼ਿੰਦਗੀ ਦਾ ਏਮ ਹੀ ਇਹ ਆ ਕਿ ਮੈਂ ਪਾਕਿਸਤਾਨ ਦੀ ਖਿਦਮਤ ਕਰਾਂ ਆਪਣੇ ਹਲਕੇ ਦੇ ਜਿਹੜੇ ਮਸਾਇਲ ਵਾ ਤੇ ਉਹ ਹੱਲ ਕਰਾਂ ਰੋਜ਼ ਮੇਰੇ ਡੇਰੇ ਤੇ ਹਜ਼ਾਰਾਂ ਲੋਕ ਆਉਂਦੇ ਆ ਜਿਹੜੇ ਮਸਾਇਲ ਆਪਣੇ ਹੱਲ ਕਰਵਾ ਕੇ ਜਾਂਦੇ ਸਰ ਸਾਡਾ ਇਹ ਵੀ ਤੁਹਾਡੇ ਤੇ ਲੋਕਾਂ ਨੇ ਬਹੁਤ ਜ਼ਿਆਦਾ ਇਲਾਕੇ ਦੇ ਲੋਕ ਪੁੱਛਣਾ ਚਾਹ ਰਹੇ ਨੇ ਤੁਹਾਡੇ ਕੋਲੋਂ ਕਿ ਤੁਸੀਂ ਬੇਵਾ ਨਾਮ ਦੀਆਂ ਬੇਵਾ ਔਰਤਾਂ ਦੇ ਨਾਮ ਦੇ 125 ਲਏ ਨੇ ਤੇ ਲੈ ਕੇ ਘਰ ਰੱਖ ਲਏ ਨੇ ਦੇਖੋ ਜੀ ਮੈਂ ਲਏ ਤੇ ਕਢਵਾਏ ਨੋ ਡਾਊਟ ਕਿ ਉਹਨਾਂ ਦੇ ਨਾਮ ਤੇ ਸੀ 125 ਲੜਕੀਆਂ ਦਾ ਲਾ ਕਿ ਉਹ ਕੱਢ ਨਹੀਂ ਸੀ ਰਹੇ ਉਹਨਾਂ ਨੇ ਕਿਹਾ ਵੀ ਅੱਧੀਆਂ ਬੇਵਾ ਦੀਆਂ ਤੇ ਨਜ਼ਰ ਨਹੀਂ ਕੰਮ ਕਰਦੀਆਂ ਚਿੱਟੇ ਆਏ ਪਏ ਅੱਖਾਂ ਦੇ ਵਿੱਚ ਮੈਂ ਕਿਹਾ ਇਸ ਗੱਲ ਦੇ ਨਾਲ ਤੁਹਾਨੂੰ ਕੋਈ ਨਹੀਂ ਚਲਾਉਣਗੀਆਂ ਉਹ ਇੱਕ ਅੱਖ ਨਾਲ ਵੀ ਚਲਾ ਲੈਣਗੀਆਂ ਉਹ ਫਿਰ ਮੈਂ ਪਰਮਿਸ਼ਨ ਲੈ ਲਈ ਉਹ 125 ਘਰ ਖੜੇ ਆ ਉਹ ਉਹਨਾਂ ਦੇ ਆਵਾਮ ਦੇ ਮਸਾਇਲ ਵਾਸਤੇ ਹੀ ਉਹ ਯੂਜ਼ ਹੋ ਰਿਹਾ ਕੋਈ ਐਸਾ ਮਸਲਾ ਨਹੀਂ ਸਰ ਮੈਨੂੰ ਪਤਾ ਚੱਲਿਆ ਉਹ 125 ਦੇ ਵਾਰਦਾਤਾਂ ਵੀ ਹੋਣ ਜੋ ਦੇਖੋ ਜੀ ਵਾਰਦਾਤਾਂ ਹੁਣ ਦੇਖੋ ਨਾ ਸਾਡੇ ਦੋ 125 ਜਿਹੜੇ ਆ ਚੁੱਕੇ ਗਏ ਤੁਹਾਡੇ ਹਾਂਜੀ ਉਹ ਜਿਹੜੇ ਚੁੱਕੇ ਗਏ 125 ਆ ਉਹਨਾਂ ਦੇ ਜਿਹੜਾ ਮਰਜ਼ੀ ਕੋ ਕੰਮ ਕਰੀ ਜਾਏ ਹੁਣ ਸਾਨੂੰ ਕਾਹਦਾ ਇਤਰਾਜ਼ ਹੈ ਨਹੀਂ ਤੇ ਉਹ ਜਿਹੜੇ ਚੁੱਕੇ ਗਏ ਨੇ ਤੁਹਾਡੇ ਤੁਸੀਂ 125 ਫੜ ਵੀ ਤੇ ਲੈ ਨਾ ਛੋਟੇ ਭਰਾ ਤੁਹਾਡੇ ਨੇ ਜਿਹੜੇ ਨੇ ਵੇਚੇ ਸੀ ਇਹ ਵੀ ਪਤਾ ਲੱਗਿਆ ਨਹੀਂ ਉਹ ਤਾਂ ਬਲਾਲਗੰਜ ਫੜੇ ਗਏ ਸੀ ਉਹ ਮੈਂ ਛਡਵਾ ਲਿਆ ਸੀ ਉਹਨਾਂ ਤੁਹਾਨੂੰ ਪਤਾ ਵੀ ਐਮਐਨਏ ਦਾ ਕੀ ਫਾਇਦਾ ਹੋਇਆ ਜੇ ਮੇਰਾ ਭਰਾ ਫੜਿਆ ਜਾਣਾ ਬਿਲਕੁਲ ਬਿਲਕੁਲ ਸਰ ਤੁਸੀਂ ਇਸ ਸਵਾਲ ਦਾ ਜਵਾਬ ਦਿਓ ਕਿ ਤੁਸੀਂ ਪ੍ਰੋਟੋਕੋਲ ਲੈਣ ਤੋਂ ਇਨਕਾਰ ਆਪ ਕੀਤਾ ਕਿ ਉਹਨਾਂ ਨੇ ਤੁਹਾਨੂੰ ਦਿੱਤਾ ਹੀ ਨਹੀਂ ਦੇਖੋ ਜੀ ਅੱਲਾਹ ਪਾਕ ਦਾ ਸ਼ੁਕਰ ਆ ਕਿ ਮੈਂ ਸ਼ੁਰੂ ਤੋਂ ਹੀ ਅਸੀਂ ਜਿਹੜੇ ਆ ਨਾ ਉਹ ਰਿਚ ਫੈਮਿਲੀ ਨਾਲ ਸਾਡਾ ਤਲਕ ਆ ਇਹ ਪ੍ਰੋਟੋਕੋਲ ਉਹਨਾਂ ਲੋਕਾਂ ਨੂੰ ਚਾਹੀਦਾ ਮੇਰੇ ਮੁਖਾਲਫਾਂ ਨੂੰ ਚਾਹੀਦਾ ਵਾ ਜਿਹੜੇ ਇਹ ਮੇਰੇ ਤੇ ਇਲਜ਼ਾਮ ਲਾਉਂਦੇ ਆ ਵੀ ਮੈਂ ਪ੍ਰੋਟੋਕੋਲ ਲੈਣਾ ਵਾ ਕਿਹੜਾ ਬੰਦਾ ਵਾ ਮੇਰਾ ਮੁਖਾਲਫ ਮੇਰੇ ਸਾਹਮਣੇ ਆ ਕੇ ਗੱਲ ਕਰੇ ਕਿ ਮੈਂ ਪ੍ਰੋਟੋਕੋਲ ਲਿਆ ਵਾ ਮੈਂ ਤੇ ਸਰਕਾਰੀ ਗੱਡੀ ਨਹੀਂ ਇਸਤੇਮਾਲ ਕਰਦਾ ਸਮਝਦੇ ਹੋ ਮੈਨੂੰ ਤਨਖਾਹ ਮਿਲਦੀ ਆ ਮੈਂ ਨਹੀਂ ਲੈਂਦਾ ਮਹੀਨੇ ਬਾਅਦ 12 ਮਹੀਨਿਆਂ ਤੋਂ ਬਾਅਦ ਸਾਲ ਬਾਅਦ ਕਢਾਉਂਦਾ ਵਾ ਇਕੱਠੇ ਆਉਂਦੇ ਚੰਗੇ ਲੱਗਦੇ ਆ ਮੈਨੂੰ ਸਾਰੇ ਕਹਿੰਦੇ ਆ ਵੀ ਇਹ ਆਪਣਾ ਪ੍ਰੋਟੋਕੋਲ ਤੇ ਸ਼ਹਿ ਬਣ ਜਾਂਦੀ ਘਰ ਦੀ ਭਾਜੀ ਮੈਂ ਕਿਹਾ ਜੀ ਕੁੜੀ ਦਾ ਵਿਆਹ ਕਰਨਾ ਤਾਂ 1.5 ਤੋਲਾ ਸੋਨਾ ਬਣਾਇਆ ਮੈਂ ਇਸੇ ਚੱਕਰ ਵਿੱਚ ਵੈਰੀ ਗੁੱਡ ਸਰ ਸਵਾਲ ਇਹ ਹੈ ਕਿ ਤੁਸੀਂ ਸਿਆਸਤ ਦਾ ਤੁਹਾਨੂੰ ਸ਼ੌਕ ਕਿਸ ਤਰ੍ਹਾਂ ਹੋਇਆ ਤੇ ਤੁਸੀਂ ਕਿਹਦੇ ਕੋਲੋਂ ਸਿੱਖੀ ਦੇਖੋ ਜੀ ਸਿਆਸਤ ਦਾ ਸ਼ੌਕ ਮੈਨੂੰ ਤਾਂ ਹੋਇਆ ਵੀ ਘਰ 'ਚ ਸਾਡੇ ਨਾਲ ਭੁੱਖ ਪਈ ਹੋਈ ਸੀ ਤੁਹਾਡੇ ਹਾਂ ਤੇ ਉਹਨੂੰ ਜਗਾ ਦੇਣਾ ਸੀ ਨਹੀਂ ਨਹੀਂ ਉਹ ਮੈਂ ਕਿਹਾ ਵੀ ਚੱਲ ਪਰੇ ਪਾਸੇ ਪਈ ਆ ਪਈ ਰਵੇ ਅੱਛਾ ਸਾਈਡ ਤੇ ਉਹ ਮੈਂ ਇੱਕ ਐਵੇਂ ਪਲਾਨ ਕੀਤਾ ਮੈਂ ਕਿਹਾ ਵੀ ਇਹ ਨਾ ਭੁੱਖ ਇਦਾਂ ਨਹੀਂ ਦੂਰ ਹੋਣੀ ਤੁਸੀਂ ਅੰਦਾਜ਼ਾ ਕਰ ਲਓ ਵੀ ਬੜੇ ਸੋਹਣੇ ਲੋਕਾਂ ਬਾਰੇ ਤੁਸੀਂ ਸੁਣਿਆ ਹੋਣਾ ਵਾ ਫਲਾਣਾ ਬੰਦਾ ਇੱਕ ਛੋਟਾ ਜਿਹਾ ਮਾਮੂਲੀ ਜਿਹਾ ਐਮਐਲਏ ਬਣ ਗਿਆ ਉਹਨਾਂ ਦੇ ਵਿੱਚ ਇੱਕ ਜ਼ਫਰ ਅਲੀ ਗਰਦੇਜ਼ੀ ਦਾ ਵੀ ਨਾਮ ਆ ਮੈਂ ਛੋਟੇ ਪੈਮਾਨੇ ਤੋਂ ਸਿਆਸਤ ਸ਼ੁਰੂ ਕੀਤੀ ਛੋਟਾ ਜਿਹੜਾ 6 ਇੰਚ ਦਾ ਉਹ ਨਹੀਂ ਭਾਈ ਉਹ ਪੈਮਾਨੇ ਤੋਂ ਮਰਾਦ ਹੁੰਦਾ ਵਾ ਮੈਂ ਥੱਲਿਓਂ ਨਿਚਲੀ ਸਤਾ ਤੋਂ ਮੈਂ ਥੱਲੇ ਜਾਣੇ ਥੱਲੇ ਕਾਫੀ ਬੇਸਮੈਂਟ ਚੋਂ ਨਿਕਲੇ ਤਾਂ ਬੇਸਮੈਂਟ ਚੋਂ ਵੈਰੀ ਗੁੱਡ ਸਰ ਮੇਰਾ ਸਵਾਲ ਇਹ ਹੈ ਪੈਮਾਨਿਆਂ ਦਾ ਇੰਨਾ ਤੁਹਾਨੂੰ ਪਤਾ ਹੈ ਤੁਸੀਂ ਪਹਿਲੇ ਸਿਆਸਤ ਤੋਂ ਪਹਿਲੇ ਮਿਸਤਰੀਆਂ ਦਾ ਕੰਮ ਕਰਦੇ ਰਹੇ ਦੇਖੋ ਜੀ ਇਹ ਤੇ ਮਿਹਨਤ ਵਾ ਇਹ ਤੇ ਮਿਹਨਤ ਚ ਕੋਈ ਮਿਹਣਾ ਨਹੀਂ ਗਾ ਲੇਕਿਨ ਹਲਾਲ ਦੀ ਵਾਸਤੇ ਮਿਹਨਤ ਉਹ ਜ਼ਰੂਰ ਮੈਂ ਬੀਏ ਆਲਰੇਡੀ ਕੀਤਾ ਹੋਇਆ ਸੀ ਵਾਹ ਵਾਹ ਮਾਸ਼ਾਅੱਲਾ ਲੇਕਿਨ ਬੇਰੋਜ਼ਗਾਰੀ ਦੀ ਵਜ੍ਹਾ ਤੋਂ ਮੈਂ ਮਿਸਤਰੀਆਂ ਦਾ ਕੰਮ ਕਰਦਾ ਸੀ ਆ ਮੈਂ ਤੇਗਾ ਸੂਤਰ ਸਾਲ ਜਿਹੜੀ ਹੈ ਮੈਂ ਬੜੀ ਅੱਛੀ ਹੁਣ ਵੀ ਲਾ ਲੈਣਾ ਲੇਕਿਨ ਮੈਂ ਹੁਣ ਐਮਐਨਏ ਬਣ ਗਿਆ ਮੈਨੂੰ ਕਿਹੜੀ ਲੋੜ ਪਈ ਹੈ ਸਰ ਇਹ ਤੁਸੀਂ ਤੁਹਾਡੇ ਤੇ ਇਹ ਵੀ ਇਲਜ਼ਾਮ ਹੈ ਕਿ ਤੁਸੀਂ ਇੱਕ ਬੰਦਾ ਤੁਹਾਨੂੰ ਲੈ ਕੇ ਗਿਆ 2000 ਰੁਪਏ ਉਹਨੇ ਕਿਹਾ ਕਿ 5000 ਇੱਟ ਜਿਹੜੀ ਹੈ ਨਾ ਤੂੰ ਸੁੱਕਣੀ ਹੈ ਤੇ ਤੁਸੀਂ ਜਿਹਦੇ ਵਿੱਚੋਂ 300 ਦੇ ਆਪਣੇ ਘਰ ਸੁੱਟ ਲਈ ਦੇਖੋ ਜੀ ਉਹਨੇ ਤੇ ਸੁੱਟਣ ਦਾ ਹੀ ਕਿਹਾ ਸੀ ਨਾ ਰਾਜ ਸਾਹਿਬ ਗੱਲ ਤੇ ਇਹ ਆ ਵੀ ਮੈਂ ਉਹਦੀ ਗੱਲ ਤੇ ਜਾਂ ਪੂਰਾ ਨਾ ਉਤਰਿਆ ਹੋਵਾਂ ਤੇ ਫੇਰ ਉਹਨੇ ਕਿਹਾ ਸੁੱਟ ਲੈ ਮੈਂ ਸੁੱਟ ਲਈ 300 ਭਾਵੇਂ ਘਰ ਸੁੱਟ ਲਈ
ਉਹਨੂੰ ਤੇ ਨਹੀਂ ਨਾ ਇਸ ਗੱਲ ਦਾ ਇਤਰਾਜ਼ ਹੋਣਾ ਚਾਹੀਦਾ। ਲੇਕਿਨ ਸਰ ਤੁਸੀਂ ਵੈਰੀ ਗੁੱਡ, ਬਹੁਤ ਅੱਛੀ ਗੱਲ ਸਰ, ਸਾਡਾ ਮੁਆਸ਼ਰਾ ਇਸੇ ਕਰਕੇ ਤੇ ਤਰੱਕੀ ਤੋਂ ਬਚਿਆ ਵਾ। ਸਰ ਮੇਰਾ ਸਵਾਲ ਇਹ ਹੈ, ਤੁਸੀਂ ਸਿਆਸਤ ਤੋਂ ਪਹਿਲੇ ਸੰਗ ਵੀ ਖੜਦੇ ਰਹੇ ਹੋ ਮੇਲਿਆਂ ਦੇ, ਬੱਸਾਂ ਬੁੱਸਾਂ ਭਰ ਕੇ ਜਿਹੜੀਆਂ। ਆਹ ਮੈਂ ਦੇਖੋ ਜੀ, ਸੰਗ ਜਿਹੜਾ ਸੀ ਨਾ ਉਹ ਸਟਾਰਟ ਇੱਕ ਐਵੀਂ ਇੱਕ ਬਿਜ਼ਨਸ ਟਾਈਪ ਸ਼ੁਰੂ ਕੀਤਾ ਸੀ ਨਾ, ਤੇ 1200 ਸਵਾਰੀਆਂ ਕੋ ਲੈ ਕੇ ਉਹ ਅੱਗੇ 800 ਲੱਗਦਾ ਸੀ ਫੀ ਸਵਾਰੀ, ਮੈਨੂੰ 400 ਰੁਪਇਆ ਬਚਦਾ ਸੀ। ਤੁਸੀਂ ਅੰਦਾਜ਼ਾ ਕਰ ਲਓ ਵੀ 72 ਸਵਾਰੀਆਂ ਦਾ 400 ਬਣੇ ਤੇ ਚੰਗੀ ਭਰੀ ਦਿਹਾੜੀ ਲਾ ਜਾਂਦੀ ਆ। ਜਿਹੜਾ ਲੰਗਰ ਪਾਣੀ ਹੁੰਦਾ ਵਾ ਸਰਕਾਰਾਂ ਦੇ ਉੱਥੇ, ਉਹਨਾਂ ਨੂੰ ਕਹੀਦਾ ਵੀ ਆਪੇ ਫਿਰ ਤੁਰ ਕੇ ਖਾਓ। ਉਹ ਸਰ ਜਦੋਂ ਹਾਲਾਤ ਅੱਛੇ ਹੁੰਦੇ ਸੀ ਉਦੋਂ ਤੁਸੀਂ ਸੰਗ ਲੈ ਕੇ ਜਾਂਦੇ ਸੀ, ਹੁਣ ਤੁਸੀਂ ਹਰ ਜਿਹੜੇ ਸੰਗ ਦੇ ਬੰਦੇ ਜਾਂਦੇ ਉਹਨਾਂ ਨੂੰ ਕਹਿਣ ਦੇ ਅੰਦਰ ਮੈਨੂੰ ਵੀ ਲੈ ਜਾਓ। ਉਹ ਪਤਾ ਕੀ ਆ, ਉਹ ਦੇਖੋ ਜੀ ਸਜਦਾ ਸਲਾਮ ਤੇ ਫਿਰ ਕਰਨਾ ਪੈਂਦਾ ਨਾ, ਮੇਰੇ ਕੋਲ ਟਾਈਮ ਨਹੀਂ ਹੈ। ਮੈਂ ਇਸ ਕਰਕੇ ਉਹਨਾਂ ਨੂੰ ਕਹਿੰਦਾ ਵੀ ਯਾਰ ਤੁਸੀਂ ਮੈਨੂੰ ਜ਼ਬਰਦਸਤੀ ਲੈ ਕੇ ਜਾਓ ਤਾਂ। ਜਜ਼ਬਾ ਸਰ ਜਨੂਨ ਹੈ ਤੁਹਾਡੇ। ਸਰ ਮੇਰਾ ਅਗਲਾ ਸਵਾਲ ਇਹ ਆ, ਤੁਸੀਂ ਇੱਕ ਬਹੁਤ ਅੱਛਾ ਕੰਮ ਕੀਤਾ ਵਾ, ਤੁਸੀਂ ਬੈਰੀ ਜਹਾਜ਼ 'ਚ ਸਬੀਲਾਂ ਲਵਾਈਆਂ ਵਾ ਪਾਣੀ। ਦੇਖੋ ਜੀ ਬੈਰੀ ਜਹਾਜ਼ ਦੇ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਸਾਫੀ ਬਰਾਦ, ਬੈਰੀ ਜਹਾਜ਼ ਦੇ ਅੰਦਰ ਨਹੀਂ ਪਾਣੀ ਹੁੰਦਾ, ਸਮੁੰਦਰ 'ਚ ਪਾਣੀ ਹੁੰਦਾ ਵਾ ਥੱਲੇ। ਅਤੇ ਪਹਿਲਾ ਕੰਮ ਮੈਂ ਵਾ ਜਿਹੜਾ ਜ਼ਫਰ ਅਲੀ ਗੁਰਦੇਵ ਜੀ ਨੇ ਕਰਾਇਆ ਵਾ ਕਿ ਵਿੱਚ ਸਬੀਲਾਂ ਲਵਾਈਆਂ ਵਾ ਕਿ ਲਓ ਮੌਜ ਕਰੋ ਖਾਓ। ਸਰ ਮੈਂ ਇਸ ਲਈ ਤੋਂ ਆਪਕੋ ਮਾਨਤਾ ਹੂੰ ਸਰ, ਆਪਨੇ ਹਮਾਰੇ ਕੌਮ ਕੇ ਲੀਏ ਹਮਾਰੇ ਮੁਆਸ਼ਰੇ ਕੇ ਲੀਏ ਕਰਨੇ ਕੀ ਜ਼ਰੂਰਤ ਰੱਖਤੇ ਹੈ, ਕੋਸ਼ਿਸ਼ ਕਰਨਾ ਚਾਹਤੇ ਹੈ। ਰਾਸ਼ਦ ਸਾਹਿਬ ਮੈਂ ਤੁਹਾਡੀ ਗੱਲ ਕੱਟ ਰਿਹਾ ਵਾਂ, ਮੈਂ ਇਮੋਸ਼ਨਲ ਹੋ ਗਿਆ ਇਸ ਗੱਲ 'ਤੇ ਕਿ ਤੁਸੀਂ ਦੇਖੋ ਸਾਡੇ ਪਾਕਿਸਤਾਨ ਦੀ 90% ਜਿਹੜੀ ਆਬਾਦੀ ਆ ਜਾਂ ਲੋਕ ਆ ਉਹ ਡੌਂਕੀ ਮਾਰ ਕੇ ਬਾਹਰ ਜਾਣਾ ਚਾਹੁੰਦੇ ਆ। ਇਟਲੀ ਜਾਣਾ ਵਾ, ਦੂਸਰਾ ਬੰਦਾ ਕਹਿੰਦਾ ਵੀ 20,000 ਰੁਪਇਆ ਕਰ ਲਾ ਤੇ ਤੈਨੂੰ ਮੈਂ ਇਟਲੀ ਲੈ ਜਾਣਾ। ਕਿੱਦਾਂ ਲੈ ਜਾਊ ਇਟਲੀ? ਮੇਰੀ ਗੱਲ ਸੁਣ, 20,000 ਤੇ ਉਹ ਮੈਨੂੰ ਪੁੱਛਿਆ ਵੀ ਬੇਟਾ ਤੂੰ ਇਹਨੂੰ 20,000 ਦਾ ਕਹਿ ਰਿਹਾ, ਤੂੰ ਕਿੱਦਾਂ ਲੈ ਕੇ ਜਾਏਗਾ? ਉਹ ਕਹਿੰਦਾ ਜੀ ਇੱਥੋਂ ਬੰਗਲਾਦੇਸ਼, ਬੰਗਲਾਦੇਸ਼ ਤੋਂ ਡੌਂਕੀ ਮਾਰਾਂਗੇ, ਡੌਂਕੀ ਤੋਂ ਮਰਾਦ ਵੀ ਸਮੁੰਦਰੀ ਰਸਤੇ ਦੇ ਵਿੱਚ ਜਾਵਾਂਗੇ ਸ਼੍ਰੀਲੰਕਾ ਜੀ, ਤੇ ਸ਼੍ਰੀਲੰਕਾ ਚੋਂ ਇਟਲੀ ਜੀ ਜੀ। ਉਹ ਜਿਹੜਾ ਬੰਦਾ ਜਾਣ ਵਾਸਤੇ ਤਿਆਰ ਸੀ ਉਹਨੂੰ ਮੈਂ ਬੇਟੇ ਨੂੰ ਪੁੱਛਿਆ, ਮੈਂ ਕਿਹਾ ਬੇਟੇ 20,000 ਰੁਪਇਆ ਵੀ ਕਰ ਲਾ ਤੇ ਤਾਰੀ ਵੀ ਸਿੱਖ ਲਾ। ਕਿਉਂਕਿ ਤੁਹਾਨੂੰ ਸੈਂਟਰ 'ਚ ਜਾ ਕੇ ਉਹਨਾਂ ਨੇ ਗੋਤੇ ਦਵਾਉਣੇ ਆ, ਤੁਹਾਡੀਆਂ ਲਾਸ਼ਾਂ ਵੀ ਨਹੀਂ ਲੱਭਣੀਆਂ ਮੁੜ ਕੇ, ਸਮਝਦੇ ਹੋ ਨਾ? ਮੈਂ ਇਸ ਕਰਕੇ ਬੈਰੀ ਜਿਹੜਾ ਸਫ਼ਰ ਵਾ ਉਹਦੀ ਸਹੂਲੀਅਤ ਵਾਸਤੇ ਲੋਕਾਂ ਨੂੰ ਫੈਸਿਲੀਟੇਟ ਕਰ ਰਿਹਾ ਵਾਂ। ਉੱਥੇ ਮੈਂ ਅੰਦਰ ਪਾਣੀ ਦੀਆਂ ਸਬੀਲਾਂ ਲਵਾਈਆਂ ਵਾ, ਜਿੰਨਾ ਮਰਜ਼ੀ ਪਾਣੀ ਜਿਹੜਾ ਪੀ ਪੀ ਮਰੋ, ਕੋਈ ਅੰਦਰ ਰਹੋ ਉੱਥੇ ਰਹੋ। ਅੱਛਾ ਸਰ, ਤੁਸੀਂ ਜਿਹੜੀ ਆਪਣੇ ਇਲਾਕੇ ਦੀ ਮੁਸਤਹਿਕ ਖਵਾਤੀਨ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜੀ ਜੀ, ਮੁੜ ਕੇ ਤੁਸੀਂ ਉਹਨਾਂ ਨੂੰ ਆਪਣੇ ਕੁਰਤੇ ਕਮੀਜ਼ਾਂ ਵੀ ਦਿੰਦੇ ਰਹੇ ਹੋ ਕਿ ਫਿਟਿੰਗ ਕਰਦੇ ਹੋ? ਦੇਖੋ ਜੀ ਉਹਨਾਂ ਬੇਵਾ ਨਾਲ ਮੇਰਾ ਪਹਿਲੇ ਆਪਣਾ ਕਮਿਟਮੈਂਟ ਹੋਈ ਸੀ ਜੀ, ਸਿਲਾਈ ਮਸ਼ੀਨਾਂ ਜਿਹੜੀਆਂ ਵਾ ਮੈਂ ਤੁਹਾਨੂੰ ਦੇਣੀਆਂ ਵਾ, ਲੇਕਿਨ ਜਿੰਨੇ ਮੇਰੇ ਬੱਚਿਆਂ ਦੇ ਕੱਪੜੇ ਆ, ਮੇਰੇ ਕੱਪੜੇ, ਮੇਰੇ ਬੇਗਮ ਦੇ ਕੱਪੜੇ, ਉਹ ਤੁਸੀਂ ਫ੍ਰੀ ਸੀਨੇ। ਨਹੀਂ ਤੁਹਾਡੇ ਤੇ ਸਿਲੇ ਸਲਾ ਨਹੀਂ ਲੋਕ ਦੇ ਜਾਂਦੇ? ਨਹੀਂ ਨਹੀਂ ਉਹ ਤਾਂ ਖੈਰ ਕੋਈ ਮਰੇ ਤੇ ਫੇਰ ਆ ਨਾ, ਇੰਝ ਤੇ ਨਹੀਂ ਨਾ ਜੀਂਦਿਆਂ ਨਹੀਂ ਦਿੰਦੇ, ਯਾਨੀ ਕਿ ਮਰਿਆ ਦਿੰਦੇ ਜੀ ਜੀ। ਦੇਖੋ ਜਿਹੜੇ ਇਨਸਾਨ ਦੀ ਜ਼ਿੰਦਗੀ ਜਿੰਨੀ ਅਗਲੇ ਨੂੰ ਦਿੱਤੀਆਂ ਤੇ ਮਰਨ ਤੋਂ ਬਾਅਦ ਉਸ ਚੀਜ਼ ਭਾਵੇਂ ਪੂਰੀ ਆਵੇ ਭਾਵੇਂ ਨਾ ਆਵੇ। ਦੇਖੋ ਜੀ ਉਹਦੀ ਫਿਟਿੰਗ ਵੀ ਹੋ ਜਾਂਦੀ ਹੈ ਰਾਸ਼ਦ ਸਾਹਿਬ, ਜਦੀਦ ਦੌਰ ਆ ਜੀ ਜੀ, ਕੋਈ ਮਸਲਾ ਨਹੀਂ ਐਸਾ। ਸਰ ਅਗਲਾ ਮੇਰਾ ਸਵਾਲ ਇਹ ਹੈ, ਤੁਸੀਂ ਜਿਹੜੀਆਂ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਆ ਜੀ ਜੀ, ਉਹਨਾਂ ਦੇ ਤੁਸੀਂ ਆਰਡਰ ਵੀ ਭੁਗਤਾ ਰਹੇ ਹੋ, ਉਹਨਾਂ ਕੋਲ ਕੰਮ ਕਰਵਾ ਰਹੇ ਹੋ ਉਹ ਮਸ਼ੀਨਾਂ ਤੇ? ਆਹੋ ਉਹ ਇੱਕ ਸਟਿਚਿੰਗ ਦਾ ਛੋਟਾ ਜਿਹਾ ਮੈਂ ਖਾਤਾ ਲਵਾਇਆ ਵਾ, ਹਾਂਜੀ, ਉੱਥੇ ਦਸਤਾਨੇ ਗਲਵਜ਼ ਜਿਹੜੇ ਆ ਉਹ ਬਣਦੇ ਆ। ਉਹ ਦੇਖੋ ਜੀ ਮੈਂ ਤੇ ਚਾਹੁੰਦਾ ਵਾਂ ਕਿ ਜਿੰਨੇ ਵੀ ਮੇਰੇ ਹਲਕੇ ਦੇ ਮਸਾਇਲ ਆ ਉਹ ਹੱਲ ਹੋਣ, ਬਿਲਕੁਲ, ਸ਼ਾਇਦ ਉਹ ਬੇਵਾ ਦੇ ਰਿਲੇਟਡ ਹੋਣ, ਭਾਵੇਂ ਕਿਸੇ ਬੇਰੋਜ਼ਗਾਰੀ ਦੇ ਮੁਤਲਕਾ ਹੋਣ, ਮੈਂ ਕਹਿੰਦਾ ਮੇਰੇ ਹਲਕੇ ਦੇ ਵਿੱਚ ਕੋਈ ਕੰਮ ਰਹਿ ਨਾ ਜਾਵੇ ਜਿਹੜਾ ਹੋ ਜਾਵੇ। ਸਰ ਤੁਹਾਡੇ ਹਲਕੇ ਦੇ ਵਿੱਚ ਜਿੰਨੇ ਵੀ ਆਵਾਮ ਹੈ ਉਹ ਸਾਰਿਆਂ ਦੇ ਕਹਿੰਦੇ ਅੱਖਾਂ ਦੇ ਥੱਲੇ ਬਹੁਤ ਹਲਕੇ ਪਏ। ਦੇਖੋ ਜੀ ਸਾਰੀ ਦਿਹਾੜੀ ਜਦੋਂ ਨਹਾਰ ਮੂੰਹ ਸਿਗਰਟਾਂ ਮਾੜੀਆਂ ਪੀਣੀਆਂ ਵਾ ਤੇ ਹਲਕੇ ਪੈਣੇ, ਮੈਂ 20 ਦਫ਼ਾ ਨੌਜਵਾਨਾਂ ਨੂੰ ਕਿਹਾ ਵਾ ਵੀ ਯਾਰ ਕੁਝ ਸਿਗਰਟ ਤੇ ਇੱਕ ਬੈਡ ਹੈਬਿਟਸ ਆ, ਇਹ ਤੇ ਪੀਣੀ ਨਹੀਂ ਚਾਹੀਦੀ। ਜੇ ਤੂੰ ਪੀਨੇ ਆ, ਬਹੁਤ ਸਾਰੇ ਮੈਂ ਬਹੁਤ ਸਾਰੇ ਲੜਕਿਆਂ ਕੋਲ ਸੁਣਿਆ ਵੀ ਕਹਿੰਦੇ ਜੀ ਮੈਂ ਮੁੱਲ ਲੈ ਕੇ ਨਹੀਂ ਪੀਂਦਾ, ਇੱਦਾਂ ਮੇਰੇ ਕੋਲ ਘੱਟ ਪੀਤੀਆਂ ਜਾਂਦੀਆਂ ਤੇ ਇੱਦਾਂ ਹੀ ਵੱਧ ਪੀਂਦਾ ਵਾ ਉਹ, ਜਿੱਥੇ ਕੋਈ ਸਿਗਰਟ ਖੋਲਦਾ ਉੱਥੇ ਲੈ ਕੇ ਲੈਂਦਾ। ਹਲਕੇ ਹੀ ਪੈਣੇ ਆ ਨੌਜਵਾਨਾਂ ਦੇ, ਕੀ ਕਰਾਂ? ਸਰ ਤੁਸੀਂ ਕੋਈ ਐਪ ਵੀ ਨਹੀਂ ਕਰਦੇ, ਨਸ਼ਾ ਵੀ ਨਹੀਂ ਕਰਦੇ ਤੇ, ਲੇਕਿਨ ਫੇਸ ਤੁਹਾਡੇ ਤੋਂ ਲੱਗਦਾ ਹੈ ਕਿ ਤੁਸੀਂ ਇਹ ਜਿਹੜੀ ਆ ਫੀਮ ਔਰ ਚਰਸ ਜਿਹੜੀ ਆ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹੋਵੋਗੇ? ਦਰਅਸਲ ਇਹ ਜਿਹੜਾ ਤੁਹਾਨੂੰ ਫੇਸ 'ਤੇ ਇੰਝ ਲੱਗ ਰਿਹਾ ਨਾ, ਇਹ ਮੇਰੀ ਆਵਾਮ ਦੇ ਮਸਾਇਲਾਂ ਦੀ ਜਿਹੜੀ ਉਹਨਾਂ ਨੂੰ ਮੈਂ ਚਾਹੁੰਦਾ ਵਾਂ ਕਿ ਉਹਨਾਂ ਦੇ ਬਾਰੇ ਮੈਂ ਸੋਚਦਾ ਵਾਂ ਵੀ ਇਹਨਾਂ ਦੇ ਮਸਾਇਲ ਹੱਲ ਹੋਣ ਜੀ, ਇਹ ਸੋਚ ਕੇ ਮੇਰਾ ਬੁਰਾ ਹਾਲ ਹੋਇਆ। ਵਾਹ ਵੈਰੀ ਗੁੱਡ ਸਰ, ਤੁਸੀਂ ਆਪਣੀ ਕੌਮ ਵਾਸਤੇ ਇੰਨਾ ਸੋਚਦੇ ਹੋ ਸਰ, ਸਾਨੂੰ ਨਹੀਂ ਪਤਾ, ਸਾਨੂੰ ਬੜੀ ਖੁਸ਼ੀ ਹੋਈ ਸਰ ਇਸ ਗੱਲ। ਸਰ ਮੇਰਾ ਅਗਲਾ ਸਵਾਲ ਇਹ ਹੈ, ਤੁਹਾਨੂੰ ਇੱਕ ਦਫ਼ਾ ਖਾਬ ਆਇਆ ਸੀ
ਜੀ ਜੀ ਤੁਹਾਨੂੰ ਇੱਕ ਦਫਾ ਖਾਬ ਆਇਆ ਸੀ ਤੇ ਉਹਦੇ ਚ ਸਾਵਲੇ ਰੰਗ ਦੀ ਪਰੀ ਆਈ ਸੀ ਦੇਖੋ ਜੀ ਪਰੀਆਂ ਵੀ ਤੁਹਾਨੂੰ ਪਤਾ ਵਾ ਕਿ ਜ਼ਹੀਨ ਹੁੰਦੀਆਂ ਵਾ ਉਹਨਾਂ ਨੇ ਪਤਾ ਕਿਹੜੀ ਖਾਬ ਚ ਹਾਂ ਜੀ ਕਿਸ ਤਰ੍ਹਾਂ ਦਾ ਫੇਸ ਕਰ ਉਹਨਾਂ ਨੇ ਮੇਰੇ ਵੱਲ ਆਉਣਾ ਸੀ ਫਿਰ ਉਹਨਾਂ ਨੂੰ ਮਜਬੂਰਨ ਸਾਵਲਾ ਕਰਨਾ ਪਿਆ ਰੰਗ ਆਪਣਾ ਉਹਨਾਂ ਨੂੰ